ਕਿਸੇ ਨੂੰ ਕਹਿੰਦੇ ਹਜੇ ਕਿਤੇ ਪਰਚਾ ਕਰਾ ਰਹੇ ਤੁਸੀਂ ਬੋਲਦੇ ਹੋ, ਗਨਮੈਨਾਂ ਦੀ ਧਮਕੀ ਦਿੱਤੀ ਜਾਂਦੀ ਹੈ, ਜੇ ਕੋਈ ਸਵਾਲ ਪੁੱਛਦਾ ਇਹਨਾਂ ਨੂੰ ਵੀ ਸਾਡਾ ਕੰਮ ਨਹੀਂ ਹੋਇਆ ਤਾਂ ਡਰਾਉਂਦੇ ਆ, ਬਾਹਰ ਕੱਢਿਆ ਜਾਂਦਾ ਦਫ਼ਤਰ ਦੇ ਵਿੱਚ। ਆਰਟੀਏ ਜਿਹੜਾ ਹੁੰਦਾ ਜੀ ਅਥਾਰਟੀ ਟਾਈਮ ਟੇਬਲ ਅਥਾਰਟੀ ਆਰਟੀਏ ਹੁੰਦਾ ਨਾ ਕਿ ਪੀਆਰਟੀਸੀ, ਉਹ ਪੀਆਰਟੀਸੀ ਕੋਲ ਭੇਜੇ ਜਾਂਦੇ ਨੇ ਚਿੱਠੀਆਂ ਵਾਰ ਵਾਰ, ਇਹਨਾਂ ਦਾ ਟਾਈਮ ਸੈੱਟ ਕਰ ਦਿਓ, ਪੀਆਰਟੀਸੀ ਕਤਲ ਗੁਆਰ ਕਰ ਰਹੀ ਹੈ, ਪੈਸੇ ਮੰਗ ਰਹੀ ਹੈ, ਤਾਂ 3 ਦਿਨਾਂ 'ਚ ਹੋ ਜੂ ਤੁਹਾਡਾ ਕੰਮ ਜੀ, 3 ਦਿਨ ਦਿਓ ਸਾਨੂੰ, ਜਦੋਂ ਵੀ ਜਾਂਦੇ ਹਾਂ 6 ਮਹੀਨਿਆਂ ਦੇ ਵਿੱਚ 3 ਦਿਨ ਨਹੀਂ ਪੂਰੇ ਹੋਏ ਉਹਨਾਂ ਦੇ, ਜਿੱਦਾਂ ਦੀ ਇਹ ਸਰਕਾਰ ਆਈ ਹੈ ਟਰਾਂਸਪੋਰਟ ਦੇ ਸਿਸਟਮ ਦਾ ਜਮਾ ਜ਼ੀਰੋ ਹੋ ਗਿਆ, ਕਿੱਥੇ ਕਹਿ ਰਹੇ ਸੀ ਅਸੀਂ ਟਰਾਂਸਪੋਰਟ ਨੂੰ ਐਂ ਕਰਾਂਗੇ, ਬਾਹਰ ਕਰਾਂਗੇ, ਜਾਂ ਕਰਾਂਗੇ, ਅਸੀਂ ਬਹੁਤ ਵਾਲੀਆਂ ਬੱਸਾਂ ਫੜ ਕੇ ਅੰਦਰ ਦੇ ਦਿਆਂਗੇ, ਉਹ ਕਰਦੇ ਕੁਛ ਨਹੀਂ ਹੋਇਆ, ਸਾਰਾ ਕੁਛ ਉੱਦਾਂ ਹੀ ਚੱਲ ਰਿਹਾ, ਇਕੱਲੇ ਬਿਆਨਬਾਜ਼ੀ ਅਸਰ ਕੋਈ ਨਹੀਂ ਹੋ ਰਿਹਾ, ਕੋਈ ਅਫਸਰ ਉਹਨਾਂ ਦੇ ਹੱਥੇ ਨਹੀਂ ਲੱਗ ਰਿਹਾ ਇਸ ਟਾਈਮ। ਭਗਵੰਤ ਮਾਨ ਦੇ ਦਾਅਵੇ ਨਿਕਲੇ ਝੂਠੇ, ਡਾਕਟਰ ਕੁਲਵਿੰਦਰ ਸਿੰਘ ਜੋ ਕਿ ਮਿੰਨੀ ਬੱਸਾਂ ਦੇ ਮਾਲਕ ਨੇ ਦੱਸਿਆ ਕਿ ਮੇਰੇ ਮਿੰਨੀ ਬੱਸ ਦੇ ਰੂਟਾਂ ਨੂੰ ਲੈ ਕੇ ਮੈਂ ਆਰਟੀਏ ਬਠਿੰਡਾ ਕੋਲ ਗਿਆ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ, ਉਹ ਸਾਡੀ ਫਾਈਲ ਬਾਰ ਬਾਰ PRTC ਵਾਲਿਆਂ ਕੋਲ ਭੇਜ ਦਿੰਦੇ ਨੇ ਤੇ ਉੱਥੇ ਦੇ ਮੁਲਾਜ਼ਮ ਸਾਡੇ ਤੋਂ ਸਿੱਧੇ ਰਿਸ਼ਵਤ ਮੰਗਦੇ ਨੇ, ਇਸ ਦੀ ਸ਼ਿਕਾਇਤ ਮੈਂ ਕਈ ਅਦਾਰਿਆਂ ਵਿੱਚ ਵੀ ਕੀਤੀ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ, ਸਾਡੀ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਛੋਟੇ ਟਰਾਂਸਪੋਰਟਾਂ ਨੂੰ ਵੀ ਰਾਹਤ ਦਿੱਤੀ ਜਾਵੇ। ਅਰਜੀਆਂ ਦਿੱਤੀਆਂ ਜਾ ਰਹੀਆਂ, ਕੋਈ ਸੁਣਵਾਈ ਨਹੀਂ ਹੋ ਰਹੀ, ਜੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਤਾਂ ਅੱਗੋਂ ਧਮਕਾਇਆ ਜਾਂਦਾ ਉੱਥੇ ਆਰਟੀਏ, ਮੈਡਮ ਹੈ ਕਿਸੇ ਨੂੰ ਕਹਿੰਦੇ ਅਸੀਂ ਤੁਹਾਡੇ ਤੇ ਪਰਚਾ ਕਰਾ ਦਿਆਂਗੇ ਤੁਸੀਂ ਬੋਲਦੇ ਹੋ, ਕਿਸੇ ਨੂੰ ਗਨਮੈਨਾਂ ਦੀ ਧਮਕੀ ਦਿੱਤੀ ਜਾਂਦੀ ਹੈ, ਜਾਣੀ ਜੇ ਪੁੱਛਣਾ ਚਾਹੁੰਦਾ ਬੰਦਾ ਉੱਥੇ ਵੀ ਸਾਡਾ ਕੰਮ ਨਹੀਂ ਹੋ ਰਿਹਾ ਮੈਡਮ ਜੀ, ਇੰਨੇ ਚਿਰ ਤੋਂ ਤੁਰੇ ਫਿਰਦੇ ਹਾਂ, ਤਾਂ ਉਹਨਾਂ ਨੂੰ ਧਮਕੀਆਂ ਦੇ ਕੇ ਬਾਹਰ ਡਰਾ ਕੇ ਬਾਹਰ ਕੱਢਿਆ ਜਾਂਦਾ ਦਫ਼ਤਰ ਦੇ ਵਿੱਚ। ਮੁੱਖ ਮੰਤਰੀ ਸਾਹਿਬ ਨੂੰ ਪਿਛਲੇ ਦਿਨ ਇੱਕ ਸਪੀਚ ਦਿੱਤੀ ਗਈ ਸੀ ਕਿ ਕਹਿੰਦੇ ਵੀ ਹੁਣ ਜਿਹੜੇ ਤੁਹਾਡੇ ਕੰਮ ਘਰੇ ਬੈਠੇ ਹੋਣਗੇ ਦਫ਼ਤਰਾਂ ਦੇ ਵਿੱਚ ਵੀ ਨਹੀਂ ਹੋ ਰਹੇ ਜੀ, ਉੱਥੇ ਬਹੁਤ ਵੱਡੀ ਖੱਜਲ ਖੁਆਰੀ ਹੋ ਰਹੀ ਹੈ ਲੋਕਾਂ ਦੀ, ਆਮ ਆਪਰੇਟਰ ਨੇ ਜਿਹੜੇ ਸਾਰੇ ਬਠਿੰਡੇ ਦੇ ਜਾਂ ਹੋਰ ਨੇੜੇ ਤੇੜੇ ਦੇ ਬਰਨਾਲਾ ਬਠਿੰਡੇ ਨਾਲ ਜੋੜਤਾ, ਇਕੱਲੇ ਬਿਆਨਬਾਜ਼ੀ ਹੈ ਮੁੱਖ ਮੰਤਰੀ ਦੀ ਸਿਰਫ ਜੀ, ਅਸਰ ਕੋਈ ਨਹੀਂ ਹੋ ਰਿਹਾ, ਕੋਈ ਅਫਸਰ ਉਹਨਾਂ ਦੇ ਆਖੇ ਨਹੀਂ ਲੱਗ ਰਿਹਾ ਇਸ ਟਾਈਮ, ਖੱਜਲ ਖੁਆਰੀ ਆ, ਗੱਡੀ ਟਾਈਮ ਤੇ ਮੁੜਦੀ ਨਹੀਂ ਆਪਦੇ ਟਾਈਮ ਤੇ ਆ ਕੇ, ਉਹਦੇ ਵਾਸਤੇ ਰਿਕੁਐਸਟ ਕਰੀ ਹੋਈ ਸੀ ਵੀ ਰੀਅਜਸਟਮੈਂਟ ਕੀਤੀ ਜਾਵੇ ਜੀ। ਹਾਂ, ਆਰਟੀਏ ਜਿਹੜਾ ਹੁੰਦਾ ਜੀ ਅਥਾਰਟੀ ਟਾਈਮ ਟੇਬਲ ਅਥਾਰਟੀ ਆਰਟੀਏ ਹੁੰਦਾ ਨਾ ਕਿ PRTC, ਉਹ PRTC ਕੋਲ ਭੇਜੀ ਜਾਂਦੇ ਨੇ ਚਿੱਠੀਆਂ ਵਾਰ ਵਾਰ ਵੀ ਇਹਨਾਂ ਦਾ ਟਾਈਮ ਸੈੱਟ ਕਰ ਦਿਓ, PRTC ਖੱਜਲ ਖੁਆਰ ਕਰ ਰਹੀ ਹੈ, ਪੈਸੇ ਮੰਗ ਰਹੀ ਹੈ, ਪੈਸੇ ਮੰਗਣ ਦੀ ਤੁਸੀਂ ਗੱਲ ਕਰ ਦਿਓ, ਤੁਸੀਂ ਨੂੰ ਦੱਸ ਸਕਦੇ ਹੋ ਪੈਸੇ? ਹਾਂ ਹਾਂ, ਸਾਡੇ ਕੋਲ ਵੀਡੀਓ ਨੇ, ਅਸੀਂ ਵਿਜੀਲੈਂਸ ਨੂੰ ਵੀ ਦਿੱਤੀ ਹੋਈ ਹੈ, ਵਿਜੀਲੈਂਸ ਨੇ ਉਹ ਮੈਡਮ ਕੋਲ ਭੇਜਤੀ, RTO ਕੋਲ ਵੀ ਇਨਕੁਆਇਰੀ ਕਰਕੇ ਭੇਜੋ, ਉਹ ਉਹਨਾਂ ਦੀ ਮਦਦ ਕਰ ਰਹੀ ਹੈ ਮੈਡਮ, ਦੱਸੋ PRTC ਦੇ ਮੁਲਾਜ਼ਮਾਂ ਦੀ ਮਦਦ ਕਰ ਰਹੀ ਹੈ, ਵਿਜੀਲੈਂਸ ਵੱਲੋਂ ਉਹਨਾਂ ਕੋਲ ਆਈ ਹੋਈ ਹੈ ਵੀ ਇਹਨਾਂ ਦੀ ਇਨਕੁਆਇਰੀ ਕਰਕੇ ਭੇਜੋ, ਵੀ ਇਹ ਬਾਕੀ ਪੈਸੇ ਮੰਗਦੇ, ਵੀਡੀਓ ਵੀ ਦੇ ਕੇ ਆਇਆ ਮੈਡਮ ਨੂੰ ਮੈਂ, ਵੀ ਹਾਲ ਹੋ ਜੀ ਪੈਸੇ ਲੈਂਦਿਆਂ ਦੀ ਵੀਡੀਓ ਹੈ ਨਾ ਜੀ। ਹਾਂਜੀ, ਉਹ ਇਹਨਾਂ ਦੀ ਮਦਦ ਕਰ ਰਹੀ ਹੈ ਮੈਡਮ, ਤਾਂ ਉਲਟਿਆ ਇਸ ਮੈਡਮ ਦੀ ਗੱਲ ਕਰ ਲਓ, ਉਸ ਮੈਡਮ ਦਾ ਕੀ ਹੈ? RTA ਹੈ, RTA ਬਠਿੰਡਾ, ਤੁਹਾਡੀ ਉਹਨੇ ਫੇਸ ਟੂ ਫੇਸ ਕੀ ਗੱਲ ਕੋਈ? ਅੱਜ ਫੇਰ ਜਾ ਕੇ ਆਇਆ ਜੀ ਮੈਂ, ਬਹੁਤ ਗੇੜੇ ਲਾਤੇ ਇੱਕ ਵਾਰੀ, ਉਹਨਾਂ ਦਾ ਕੀ ਜਵਾਬ ਸੀ? 3 ਦਿਨਾਂ 'ਚ ਹੋ ਜੂ ਤੁਹਾਡਾ ਕੰਮ ਜੀ, 3 ਦਿਨ ਦਿਓ ਸਾਨੂੰ, ਜਦੋਂ ਵੀ ਜਾਂਦੇ ਹਾਂ 6 ਮਹੀਨਿਆਂ ਦੇ ਵਿੱਚ 3 ਦਿਨ ਨਹੀਂ ਪੂਰੇ ਹੋਏ ਉਹਨਾਂ ਦੇ, ਸਟੇਟਮੈਂਟਾਂ ਨਾਲ ਵੀ ਘਰੇ ਆ ਕੇ ਤੁਹਾਡੇ ਅਫਸਰ ਕੰਮ ਕਰਨਗੇ ਜੀ, ਦਫ਼ਤਰਾਂ 'ਚ ਨਹੀਂ ਕਰ ਰਹੇ, ਪਹਿਲੀ ਗੱਲ ਤਾਂ ਮਿਲ ਹੀ ਨਹੀਂ ਰਿਹਾ ਟਾਈਮ 'ਤੇ ਕੋਈ ਦਫ਼ਤਰ, ਜਦੋਂ ਮਰਜ਼ੀ ਚੱਲ ਜਾਓ ਦਫ਼ਤਰ ਕੋਈ ਤੁਹਾਨੂੰ ਅਫਸਰ ਨਹੀਂ ਮਿਲੂਗਾ ਮੌਕੇ 'ਤੇ, ਜਿੱਦਾਂ ਦੀ ਇਹ ਸਰਕਾਰ ਆਈ ਹੈ ਟਰਾਂਸਪੋਰਟ ਦੇ ਸਿਸਟਮ 'ਚ ਤਾਂ ਜਮ੍ਹਾਂ ਜ਼ੀਰੋ ਹੋ ਗਿਆ, ਕਿੱਥੇ ਕਹਿ ਰਹੇ ਸੀ ਅਸੀਂ ਟਰਾਂਸਪੋਰਟ ਨੂੰ ਐਂ ਕਰਾਂਗੇ, ਬਾਹਰ ਕਰਾਂਗੇ, ਜਾਂ ਕਰਾਂਗੇ, ਅਸੀਂ ਬੋਤਲਾਂ ਦੀਆਂ ਬੱਸਾਂ ਫੜ ਕੇ ਅੰਦਰ ਦੇ ਦਿਆਂਗੇ, ਉਹ ਕਰਦੇ, ਕੁਛ ਨਹੀਂ ਹੋਇਆ, ਸਾਰਾ ਕੁਛ ਉੱਦਾਂ ਹੀ ਚੱਲ ਰਿਹਾ, ਪਹਿਲਾਂ ਅਜੇ ਘੱਟ ਸੀ ਹੁਣ ਉਦੋਂ ਵੀ ਜ਼ਿਆਦਾ ਚੱਲ ਰਿਹਾ, ਜਿਹੜਾ ਮਿੰਨੀ ਬੱਸ ਦਾ ਰੁਜ਼ਗਾਰ ਹੈ ਜੀ, ਇੱਕ ਬੇਰੁਜ਼ਗਾਰਾਂ ਵਾਸਤੇ ਦਿੱਤੇ ਹੋਏ ਸੀ ਇਹ ਪਰਮਿਟ ਜੀ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਸੀ, ਉਹ ਖੱਜਲ ਖੁਆਰ ਹੋ ਰਹੇ ਨੇ, ਟੈਕਸ ਪੱਲਿਓਂ ਭਰ ਰਹੇ ਨੇ, ਕਿਸ਼ਤਾਂ ਉਹਨਾਂ ਦੀਆਂ ਟੁੱਟ ਰਹੀਆਂ ਨੇ, ਕੋਈ ਸੁਣਵਾਈ ਨਹੀਂ ਕਿਤੇ ਵੀ, ਸਰਕਾਰ ਇਹਦੇ 'ਤੇ ਗੌਰ ਕਰਕੇ ਅਫਸਰਾਂ ਨੂੰ ਖਿੱਚੇ ਵੀ ਇਹਨਾਂ ਦੇ ਕੰਮ ਕਰੋ, ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਜੇ ਜੋ ਗੱਲਾਂ ਨੇ ਸਰਕਾਰ ਦੀਆਂ ਉਹ ਗਰਾਊਂਡ ਲੈਵਲ ਤੇ ਹੋ ਕੇ ਦੇਖੇ ਵੀ ਲੋਕਾਂ ਦੇ ਕੰਮ ਹੁੰਦੇ ਕਿ ਨਹੀਂ ਹੁੰਦੇ, ਇੱਕ ਅੱਧੇ ਦਾ ਕੰਮ ਹੋ ਗਿਆ ਤੇ ਵੀਡੀਓ ਪਾ ਦਿੰਦੇ ਚੱਕ ਕੇ ਜੀ ਇਹਦਾ ਕੰਮ ਹੋ ਗਿਆ, ਠੀਕ ਹੈ,
ਮੈਂ ਪੂਰੇ 2.5 ਸਾਲ ਤੋਂ ਲੱਗਿਆ ਹੋਇਆ ਇਸ ਕੰਮ ਤੇ ਜੀ। 2021 ਦੇ ਵਿੱਚ ਪਰਮਿਟ ਇਸ਼ੂ ਹੋਇਆ ਸੀ, ਅੱਜ ਤੱਕ ਉਹਦਾ ਟਾਈਮ ਟੇਬਲ ਨਹੀਂ ਇਸ਼ੂ ਹੋਇਆ। ਪਹਿਲਾਂ ਮੈਂ ਪਟਿਆਲੇ RTA ਫਿਰਦਾ ਰਿਹਾ, ਹੁਣ ਜਿੱਦਾਂ ਦਾ 6-7 ਮਹੀਨੇ ਹੋ ਗਏ ਬਠਿੰਡੇ ਫਿਰਦੇ ਆ। ਇੱਕ ਪਾਸੇ ਤਾਂ ਕਹਿ ਰਹੀ ਆ ਮੈਂ ਸਰਕਾਰ ਨੂੰ ਰੁਜ਼ਗਾਰ ਦਿੱਤਾ, ਰੁਜ਼ਗਾਰ ਕਿੱਥੇ ਦਿੱਤਾ ਤਾਂ ਜਿਹੜਾ ਕੋਲੇ ਸੀ ਉਹ ਵੀ ਖੋ ਕੇ ਲੈ ਗਏ ਸਾਥੋਂ। ਮੁੱਖ ਮੰਤਰੀ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਹਿਸਾਬ ਨਾਲ ਤੁਸੀਂ ਗੱਲਾਂ ਕਰ ਰਹੇ ਆ ਵੀ ਪੰਜਾਬ ਨੂੰ ਬਚਾਉਣਾ ਹੈ ਜਾਂ ਰੁਜ਼ਗਾਰ ਦੇਣਾ ਲੋਕਾਂ ਨੂੰ, ਰੁਜ਼ਗਾਰ ਤਾਂ ਖਤਮ ਕਰਨ ਲੱਗੇ ਹੋਏ ਆ ਤੁਸੀਂ, ਵੀ ਇਹਦੇ 'ਤੇ ਜਾਗਰੂਕ ਹੋ ਕੇ ਇਹਦੇ 'ਤੇ ਨਿੱਜੀ ਧਿਆਨ ਦੇ ਕੇ ਇਹਨੂੰ ਬਚਾਉਣ ਟਰਾਂਸਪੋਰਟ ਨੂੰ।